ਰਾਤ ਬਿਤਾਈਏ ਬੜਾ ਔਖਾ ਇੱਥੇ ਰਹਿਣਾ ਜੀ ਮੋਦੀ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦਾ ਇੱਕ ਰਾਤ ਇੱਥੇ ਬਿਤਾ ਕੇ ਦੇਖ ਲਿਓ ਅਸੀਂ ਮੋਦੀ ਨੂੰ ਕਹਿੰਦੇ ਵੀ ਤੂੰ ਵੀ ਸਾਡੇ ਨਾਲ ਇੱਕ ਰਾਤ ਉਰੇ ਆ ਕੇ ਵੇਖ ਵੀ ਠੰਡ ਤੈਨੂੰ ਲੱਗਦੀ ਹੈ ਕਿ ਨਹੀਂ ਲੱਗਦੀ ਤੇ ਉਹ ਅੰਕਤਵਾਦੀ ਉਹ ਵੀ ਸਾਡੇ ਬੱਚੇ ਨੇ ਅਸੀਂ ਉਹਨਾਂ ਦੀ ਮਾਵਾਂ ਨੇ ਇਹ ਤਾਂ ਮੋਦੀ ਦੀ ਬਿਲਕੁਲ ਗਲਤ ਸੋਚ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਕਰਨ ਹੰਡਾ ਲੈ ਕੇ ਹਨੀਵਾਲੀਆ ਸ਼ੂਜ਼ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਆਂ ਜੀ ਅਸੀਂ ਲਾਈਵ ਆਂ ਕੁੰਡਲੀ ਬਾਰਡਰ ਤੋਂ ਜਿੱਥੇ ਕਿਸਾਨੀ ਸੰਘਰਸ਼ ਲਗਾਤਾਰ ਵੱਧਦਾ ਜਾ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਲਹੂ ਦੇ ਵਿੱਚ ਉਹ ਬਾਲ ਵੱਧਦਾ ਜਾ ਰਿਹਾ ਤੁਹਾਨੂੰ ਦਿਖਾ ਰਹੇ ਆਂ ਅਸੀਂ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਹੋ ਗਿਆ ਕਿਸ ਤਰ੍ਹਾਂ ਲੋਕ ਡਟੇ ਹੋਏ ਨੇ ਹਾਲੇ ਵੀ ਸੰਘਰਸ਼ ਦੇ ਵਿੱਚ ਦਿੱਲੀ ਦੀ ਠੰਡ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਰਹਿਣ ਨੂੰ ਮਜਬੂਰ ਨੇ ਹਰ ਉਮਰ ਦੇ ਲੋਕ ਸੜਕਾਂ ਤੇ ਰਹਿਣ ਨੂੰ ਮਜਬੂਰ ਨੇ ਮੇਰੇ ਪਿੱਛੇ ਤੁਸੀਂ ਟੈਂਟ ਸਿਟੀ ਦੇਖ ਸਕਦੇ ਹੋ ਇੱਕ ਟੈਂਟ ਸਿਟੀ ਤਿਆਰ ਕੀਤੀ ਗਈ ਆ ਜਿੱਥੇ ਜਿਹੜੇ ਲੋਕ ਪੱਕ ਉਹਨਾਂ ਨੂੰ ਟੈਂਟਾਂ ਦੇ ਵਿੱਚ ਰਹਿਣਾ ਪੈ ਰਿਹਾ ਟੈਂਟ ਸਿਟੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹਦੇ ਵਿੱਚ ਵੀ ਇੱਕ ਆਪਣੀ ਖੂਬਸੂਰਤੀ ਹੈ ਕਿੰ다 ਲੋਕ ਰਹਿ ਰਹੇ ਨੇ ਤੁਹਾਨੂੰ ਦਿਖਾਣੇ ਆ ਗੱਲਬਾਤ ਕਰਦੇ ਆ ਇਸ ਟੈਂਟ ਸਿਟੀ ਦੇ ਵਸਨੀਕਾਂ ਨਾਲ ਵੀ ਕਿ ਕਿਸ ਤਰ੍ਹਾਂ ਉਹਨਾਂ ਦੇ ਕੀ ਹਾਲਾਤ ਨੇ ਤੇ ਕੀ ਵਿਚਾਰ ਰੱਖਦੇ ਨੇ ਉਹ 26 ਤਰੀਕ ਦੀ ਮਾਰਚ ਨੂੰ ਲੈ ਕੇ ਇਸ ਸੰਘਰਸ਼ ਨੂੰ ਲੈ ਕੇ ਸੋ ਇਹ ਦੇਖ ਸਕਦੇ ਆ ਤੁਸੀਂ ਕਿ ਟੈਂਟ ਸਿਟੀ ਦੇ ਵਿੱਚ ਇੱਕ ਘਰ ਦਾ ਤੁਹਾਨੂੰ ਅਸੀਂ ਨਜ਼ਾਰਾ ਦਿਖਾਉਣ ਜਾ ਰਹੇ ਆ ਕਿ ਆਹ ਦਵਾਰ ਜਿੱਦਾਂ ਟੈਂਟ ਦਾ ਖੁੱਲ ਗਿਆ ਆ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਲੀੜੇ ਲੱਤੇ ਪਏ ਨੇ ਕੋਈ ਬਿਸਕਟ ਪਏ ਨੇ ਬੈਠੇ ਨੇ ਲੋਕ ਸੰਘਰਸ਼ ਦੇ ਵਿੱਚ ਡਟੇ ਹੋਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਮਾਤਾ ਜੀ ਤੁਸੀਂ ਇਸ ਜਿਹੜੀ ਆ ਟੈਂਟ ਸਿਟੀ ਆ ਇੱਕ ਨਿੱਕਾ ਸ਼ਹਿਰ ਬਸਾਇਆ ਟੈਂਟਾਂ ਦਾ ਤੇ ਇਹਦੇ ਵਿੱਚ ਰਹਿੰਦੇ ਹੋ ਤੁਸੀਂ ਇਹਦੇ ਬਸ ਨੀਕ ਹੋ ਕਿੱਦਾਂ ਦਾ ਲੱਗਦਾ ਹੈ ਜੇ ਸੁਮਰ ਚ ਤੁਸੀਂ ਘਰੇ ਰਹਿਣਾ ਚਾਹੁੰਦੇ ਸੀ ਜਵਾਕਾਂ ਨਾਲ ਰਹਿੰਦਾ ਹੈ ਬੰਦਾ ਪੱਕੇ ਮਕਾਨਾਂ ਚ ਰਹਿੰਦਾ ਹੈ ਟੈਂਟਾਂ ਦੇ ਵਿੱਚ ਕੀ ਜੀਵਨ ਹੈ ਤੁਹਾਡਾ ਕੀ ਮਹਿਸੂਸ ਕਰਦੇ ਹੋ ਇੱਥੇ ਐਕਦਰ ਮੈਂ ਬਹੁਤ ਮਹਿਸੂਸ ਕਰਦੀ ਪਈ ਆ ਐਨਾ ਮਹਿਸੂਸ ਤਾਂ ਮਨੁੱਖ ਨਹੀਂ ਹੁੰਦਾ ਜਿੰਨਾ ਇੱਥੇ ਹੁੰਦਾ ਪਿਆ ਹਾਂਜੀ ਜਦੋਂ ਤੱਕ ਮੋਦੀ ਇਹ ਤਿੰਨ ਕਾਨੂੰਨ ਨਹੀਂ ਉਹਨਾਂ ਨੂੰ ਰੱਦ ਕਰਦਾ ਉਦੋਂ ਤੱਕ ਅਸੀਂ ਇੱਥੇ ਹੀ ਰਵਾਂਗੇ ਤੇ ਤੁਸੀਂ ਪਰਿਵਾਰ ਨਾਲ ਆਏ ਹੋ ਹੋਰ ਕੌਣ ਕੌਣ ਤੁਹਾਡੇ ਨਾਲ ਤੇ ਮੈਂ ਇਕੱਲੀ ਆਈ ਆ ਤੇ ਮੇਰੀ ਦਰਾਣੀ ਜਠਾਣੀ ਤੇ ਉਹਨਾਂ ਦੇ ਬੱਚੇ ਸਾਰੇ ਆਏ ਨੇ ਮੇਰਾ ਦੇਵਰ ਵੀ ਆਇਆ ਹੈ ਹਾਂਜੀ ਤੁਸੀਂ ਕਿਹੜੇ ਪਿੰਡੋਂ ਆਏ ਹੋ ਤਾਈ ਅਸੀਂ ਗੁੱਲੇ ਚੀਕੇ ਤੋਂ ਆਏ ਹਾਂ ਹਾਂਜੀ ਇਹ ਕਿੱਥੇ ਪੈਂਦਾ ਜੀ ਇਹ ਕੈਥਲ ਏਰੀਆ 'ਚ ਪੈਂਦਾ ਹੈ ਹਾਂਜੀ ਜ਼ਿਲ੍ਹਾ ਕੈਥਲ ਲੱਗਦਾ ਤੇ ਕੀ ਮੋਦੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ 26 ਤਰੀਕ ਨੂੰ ਜਿਹੜੀ ਮਾਰਚ ਹੈ ਜੇ ਉਹ ਸਫਲ ਹੁੰਦੀ ਹੈ ਜਾਂ ਕੋਈ ਉਹ ਵਿੱਚ ਸ਼ਰਾਰਤ ਕਰਵਾਉਂਦੇ ਨੇ ਤਾਂ ਤੁਸੀਂ ਕਿਸ ਤਰ੍ਹਾਂ ਜੱਠਣ ਦੇ ਵਿੱਚੋਂ ਕੋਈ ਵੀ ਸ਼ਰਾਰਤ ਨਹੀਂ ਕਰੇਗਾ ਜੇ ਸ਼ਰਾਰਤ ਕਰਾਂਗੇ ਤੇ ਮੋਦੀ ਦੇ ਹੀ ਬੰਦੇ ਕਰਵਾਣਗੇ ਸ਼ਰਾਰਤ ਹਾਂਜੀ ਉਹਨਾਂ ਵਿੱਚ ਉਹੀਓ ਜ਼ਿੰਮੇਵਾਰ ਹੋਣਗੇ ਕੇਂਦਰ ਸਰਕਾਰ ਜ਼ਿੰਮੇਵਾਰੀ ਹੋਏਗੀ ਮੋਦੀ ਦੀ ਜ਼ਿੰਮੇਵਾਰੀ ਹੋएगी ਸਾਡੇ ਦੇ ਵਿੱਚ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਤੇ ਮਾਤਾ ਜੀ ਜਿਸ ਤਰ੍ਹਾਂ ਹੁਣ ਹੌਲੀ ਹੌਲੀ ਠੰਡ ਵੱਧਦੇ ਜਾ ਰਹੀ ਹੈ ਤੁੰਦਾਂ ਵੀ ਵੱਧਦੀਆਂ ਜਾ ਰਹੀਆਂ ਨੇ ਬਜ਼ੁਰਗ ਉਮਰ ਹੈ ਸਰੀਰ ਤੇ ਇੰਨਾ ਦੁੱਖ ਹੰਡਾਉਣਾ ਤੇ ਮੋਦੀ ਸਰਕਾਰ ਦੀ ਕਾਨ ਤੇ ਜੂਨ ਆ ਸਰਕਣੀ ਤਾਂ ਕੀ ਤੁਸੀਂ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਅਸੀਂ ਮੋਦੀ ਨੂੰ ਕਹਿੰਦੇ ਵੀ ਤੂੰ ਵੀ ਸਾਡੇ ਨਾਲ ਇੱਕ ਰਾਤ ਹੋਰੇ ਆ ਕੇ ਵੇਖ ਵੀ ਠੰਡ ਤੈਨੂੰ ਲੱਗਦੀ ਹੈ ਕਿ ਨਹੀਂ ਲੱਗਦੀ ਵੀ ਜਿਵੇਂ ਉਹ ਬੱਚੇ ਛੋਟੇ ਛੋਟੇ ਬੱਚੇ ਨੇ ਬਜ਼ੁਰਗ ਨੇ ਸਾਡੇ ਵਰਗੇ ਹੋਰ ਜਵਾਨ ਪੀੜੀ ਹੈ ਵੀ ਉਹਨਾਂ ਨੂੰ ਵੀ ਆ ਕੇ ਇੱਥੇ ਵੇਖਣਾ ਚਾਹੀਦਾ ਕਿੰਨੀ ਠੰਡ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਜਿਹੜੀਆਂ ਬਾਲੀਵੁੱਡ ਦੀ ਹੀਰੋਇਨਾਂ ਕਹਿੰਦੀਆਂ ਨੇ ਕਿ ਇਹ ਤਾਂ ਪੈਸੇ ਲੈ ਕੇ ਆਉਂਦੀਆਂ ਨੇ ਇੱਥੇ ਮਾਤਾਵਾ ਇਹ ਤਾਂ ਬਿਲਕੁਲ ਗਲਤ ਹੈ ਜੇ ਹੀਰੋਣਾ ਬਿਲਕੁਲ ਲੈ ਸਕਦੀ ਹੈ ਨਾ ਪੈਸੇ ਲੈ ਕੇ ਕਹਿੰਦੀਆਂ ਆਉਂਦੀਆਂ ਨੇ ਉਹ ਪਹਿਲੀ ਗੱਲ ਆਪੇ ਆਪਣੇ ਕੋਲੋਂ ਪਹਿਲਾਂ 500 ਰੁਪਇਆ ਲੈ ਦੇ ਕੇ ਸਾਰੇ ਨੂੰ ਇਕੱਠਾ ਕਰ ਲਵੇ ਵੀ ਹਾਂ 500 ਨਾਲ ਉਹਦੇ ਕੋਲ ਆ ਸਕਦੀਆਂ ਨੇ ਤੇ ਸੁਪਰੀਮ ਕੋਰਟ ਨੂੰ ਸਰਕਾਰ ਨੇ ਵਿੱਚ ਵਿਚੋਲੀਆ ਪਾਇਆ ਹੈ ਨਵੇਂ ਫੈਸਲੇ ਆਏ ਨੇ ਤੁਹਾਨੂੰ ਲੱਗਦਾ ਹੈ ਸੁਪਰੀਮ ਕੋਰਟ ਹੱਲ ਕਰੂਗੀ ਕਿਸਾਨਾਂ ਦਾ ਦੇਖੋ ਇਹਦੇ ਵਿੱਚ ਮੈਂ ਹਜੇ ਇਹ ਕੁਝ ਨਹੀਂ ਕਹਿ ਸਕਦੀ ਕਿ ਇਹਦੇ ਵਿੱਚ ਜਿਹੜੇ ਸਾਡੇ ਆਗੂ ਨੇ ਉਹੀ ਸਭ ਕੁਝ ਕਰਨਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਟੈਂਟ ਸਿਟੀ ਦੇ ਵਸਨੀਕ ਜਿਹੜੇ ਨੇ ਇੰਨੀ ਠੰਡ ਦੇ ਵਿੱਚ ਵੀ ਦਿੱਲੀ ਦੀ ਕੜਕ ਨਹੀਂ ਠੰਡ ਦੇ ਵਿੱਚ ਜਿਹੜਾ ਹੈ ਉਹ ਟੈਂਟਾਂ ਦੇ ਵਿੱਚ ਸੌਣ ਨੂੰ ਮਜਬੂਰ ਨੇ ਆਪਣੇ ਦੁੱਖ ਜਿਹੜੇ ਸਰੀਰ ਉੱਤੇ ਹੰਡਾ ਰਹੇ ਨੇ ਪਰ ਕਿਸਾਨਨੀ ਸੰਘਰਸ਼ ਦੇ ਨਾਲ ਡਟੇ ਹੋਏ ਨੇ ਤੇ ਕਹਿੰਦੇ ਨੇ ਕਿ ਅਸੀਂ ਹੱਕ ਲਏ ਬਿਨਾ ਵਾਪਸ ਕਿਸੇ ਵੀ ਹਾਲਤ ਵਿੱਚ ਨਹੀਂ ਮੁੜਾਂਗੇ ਸੋ ਇਹ ਨਜ਼ਾਰਾ ਜਿਹੜਾ ਤੁਹਾਨੂੰ ਟੈਂਟ ਸਿਟੀ ਦਾ ਦਿਖਾ ਰਿਹਾ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਚਪੇੜ ਹੈ ਜਿਹੜੇ ਕਹਿੰਦੇ ਨੇ ਕਿ ਕਈ ਲੋਕ ਇੱਥੇ ਖਰੀਦੇ ਹੋਏ ਨੇ ਅੰਦੋਲਨ ਦੇ ਵਿੱਚ ਪੈਸਿਆਂ ਖਾਤਰ ਆਏ ਨੇ ਉਹਨਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਆ ਕੇ ਇੱਕ ਵਾਰੀ ਇਸ ਟ ਤੁਹਾਨੂੰ ਪਤਾ ਲੱਗੇ ਕਿ ਕਿੰਨੀ ਕੋ ਆਰਾਮਦਾਇਕ ਜਿੰਦਗੀ ਜੀ ਰਹੇ ਨੇ ਤੇ ਜਿਹੜੇ ਲੋਕ ਫੰਡਿੰਗ ਦਾ ਰੌਲਾ ਪਾਉਂਦੇ ਨੇ ਕਿ ਪੈਸਾ ਕਿੱਥੋਂ ਆ ਰਿਹਾ ਟੈਂਟ ਕਿੱਥੋਂ ਆ ਰਹੇ ਨੇ ਉਹ ਵੀ ਇੱਥੇ ਆ ਕੇ ਇੱਕ ਰਾਤ گزارਣ ਤੇ ਉਹਨਾਂ ਨੂੰ ਸਭ ਮੈਨ ਲੱਗਦਾ ਆ ਚਾਨਣ ਹੋ ਜਾਏ ਸੋ ਇੱਕ ਬਜ਼ੁਰਗ ਨਾਲ ਅਸੀਂ ਮੈਲਾ ਨਾਲ ਗੱਲ ਕੀਤੀ ਜੋ ਕਿ ਇਸ ਟੈਂਟ ਸਿਟੀ ਦੇ ਵਸਨੀਕ ਨੇ ਹੁਣ ਸਾਡੇ ਨਾਲ ਜਿਹੜੇ ਛੋਟੇ ਸਰਦਾਰ ਜੀ ਮੌਜੂਦ ਨੇ ਕਾਕਾ ਜੀ ਕੀ ਨਾਂ ਤੁਹਾਡਾ ਜੀ ਤੇ ਕਿੱਥੋਂ ਆਏ ਮੇਰਾ ਨਾਂ ਰਾਜਵੰਦ ਛੇ ਤੇ ਮੈਂ Nagpur ਤੋਂ ਆਇਆ ਹਾਂ ਮਹਾਰਾਸ਼ਟਰਾ ਤੇ ਇੱਥੇ ਟੈਂਟ ਸਿਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਕਿੱਦਾਂ ਦਾ ਲੱਗਦਾ ਹੈ ਹਾਂਜੀ ਹੋਲੇ ਹਨੇ ਤਾਂ ਇੱਕ ਹੀ ਰਾਤ ਬਿਤਾਈਏ ਬੜਾ ਔਖਾ ਹੈ ਇੱਥੇ ਰਹਿਣਾ ਜੀ ਲੰਗਰ ਮਿਲ ਰਿਹਾ ਹੈ ਬਟ ਬੜਾ ਔਖਾ ਹੈ ਠੰਡ ਲੱਗਦੀ ਹੈ ਜੀ ਬੜੀ ਠੰਡ ਲੱਗਦੀ ਆ ਨਾਗਪੁਰ ਦੇ ਵਿੱਚ ਤੁਸੀਂ ਰਹਿੰਦੇ ਹੋ ਇੱਥੇ ਆਏ ਹੋ ਆਪਣੀ ਕੌਮ ਨਾਲ ਜਿਹੜੇ ਹੋ ਤੁਸੀਂ ਇੰਨੇ ਲੋਕਾਂ ਨੂੰ ਦੇਖਿਆ ਸਿੱਖ ਕੌਮ ਨੂੰ ਦੇਖਿਆ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਬੜਾ ਇੱਕ ਇੱਕ ਤਾਂ ਇੱਕ ਸਾਈਡ ਤੋਂ ਅੱਛਾ ਵੀ ਲੱਗਦਾ ਹੈ ਕਿ ਸਾਡੇ ਕਿਸਾਨ ਇਹ ਅੰਦੋਲਨ ਕਰ ਰਹੇ ਆਪਣੀ ਰਾਈਟਸ ਲਈ ਔਰ ਇੱਕ ਉਸ ਤੋਂ ਬੁਰਾ ਵੀ ਲੱਗਦਾ ਹੈ ਕਿ ਵਿਚਾਰੇ ਜਤਰਾ ਰਹ ਰਹੇ ਹਨ ਇੰਨੇ ਠੰਡ 'ਚ 1-2 ਮਹੀਨੇ ਹੋ ਗਏ ਉਹ ਨਾ ਨਰਦੇ ਹੋਏ ਤਾਂ ਮੋਦੀ ਸਰਕਾਰ ਨੂੰ ਕੋਈ ਸਨੇਹਾ ਦੇਣਾ ਚਾਹਾਂ ਗਵਰਨਮੈਂਟ ਨੂੰ ਕੁਝ ਕਹਿਣਾ ਚਾਹਾਂ ਕੋਈ ਸਨੇਹਾ ਕੋਈ ਹੁਣ ਤਾਂ ਮੋਦੀ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦਾ ਇੱਕ ਰਾਤ ਇੱਥੇ ਬਿਤਾ ਕੇ ਦੇਖ ਲਿਓ ਉਹਨੂੰ ਖੁਦ ਪਤਾ ਚੱਲ ਜਾਏਗਾ ਕਿ ਇਹ ਕਿੰਨੀ ਮੁਸ਼ਕਿਲਾਂ ਤੋਂ ਜੂਝ ਰਿਹਾ ਹੈ ਤੇ ਇਹ ਕੰਗਾ ਇਨਾਂ ਨੇ ਜੋ ਹਲ ਜੋ ਵੀ ਇਨਾਂ ਦੀ ਦਿੱਕਤ ਹੈ ਉਹਨੂੰ ਉਹਦਾ ਹੱਲ ਨਿਕਾਲੇ ਮੋਦੀ ਜੀ ਇੱਥੇ ਪਰਿਵਾਰ ਨਾਲ ਆਏ ਹੋ ਹੋਰ ਕੌਣ ਕੌਣ ਆਇਆ ਇੱਥੇ ਕਿਹੜੇ ਕਿਹੜੇ ਜੀ ਆਉਂਦੇ ਸੀ ਹਾਂਜੀ ਅਸੀਂ 10 11 ਲੋਕ ਹੈ ਮਮੀ ਪਾਪਾ ਸਾਰੇ ਮੇਰੇ ਪੈਂਟਰਾਂ ਸਾਰੇ ਇੱਥੇ ਜੀ ਕਦੋਂ ਤੱਕ ਇੱਥੇ ਰਹਿਣਦਾਰਾ ਤਿੰਨ ਚਾਰ ਦਿਨ ਹੋਰ ਰਹਿਣਗੇ ਫਿਰ ਦੇਖਾਂਗੇ ਹੋਰ ਵੀ ਰੁਕ ਸਕਦੇ ਹਾਂ ਜੀ ਸੋ ਦੇਖ ਸਕਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਸਿੱਖ ਕੌਮ ਦੇ ਬੱਚਿਆਂ ਨੂੰ ਵੀ ਅਹਿਸਾਸ ਹੋ ਚੁੱਕਾ ਹੈ ਕਿ ਮੋਦੀ ਸਰਕਾਰ ਜਿਹੜੀ ਇਹ ਤਾਨਾਸ਼ਾ ਹੋ ਚੁੱਕੀ ਹੈ ਤੇ ਕਿਸਾਨੀ ਸੰਘਰਸ਼ ਦੇ ਨਾਲ ਖੜੇ ਹੋਣਾ ਇਸ ਟਾਈਮ ਬਹੁਤ ਜ਼ਰੂਰੀ ਹੈ ਤਾਂ ਕਿ ਆਪਣੇ ਹੱਕ ਲਈਏ ਜਿੱਤੀਏ ਤੇ ਫਿਰ ਹੀ ਘਰਾਂ ਨੂੰ ਪਰਤੀਏ ਇਸੇ ਤਰ੍ਹਾਂ ਹਣੀ ਵਾਲੀ ਅਸ਼ੋਜ਼ ਨਾਲ ਜੁੜੇ ਰਹੋ ਹੋਰ ਨਵੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਹੁਣ ਤੱਕ ਲਈ ਧੰਨਵਾਦ